ਸਤਿ ਸ਼੍ਰੀ ਅਕਾਲ, ਵੈਲਕਮ ਟੂ ਬਲੂਬਰਡ ਰਿਵਿਊ। ਮੈਂ ਹਾਂ ਜਤਿੰਦਰ ਸਿੰਘ। ਅੱਜ ਤੁਹਾਡੇ ਨਾਲ ਜੋ ਕੰਟਰੀ ਸ਼ੇਅਰ ਕਰਨ ਲੱਗੇ ਹੋਏ, ਬੈਲਜੀਅਮ। ਬੈਲਜੀਅਮ ਇੱਕ ਟੂਰਿਸਟ ਕੰਟਰੀ ਹੈ, ਸ਼ੈਨਗਨ ਦੇ ਵਿੱਚ ਆਉਣ ਵਾਲੀ ਕੰਟਰੀ ਹੈ। ਮੀਨਸ ਜੇ ਤੁਹਾਡੇ ਕੋਲ ਇਸ ਕੰਟਰੀ ਦਾ ਵੀਜ਼ਾ ਆ ਜਾਂਦਾ, ਦੈਨ ਤੁਸੀਂ ਬੈਲਜੀਅਮ ਦੇ ਨਾਲ ਨਾਲ ਹੋਰ ਅਦਰ ਕੰਟਰੀਜ਼ ਜਿਹੜੀਆਂ ਨੇ ਉਹ ਵੀ ਟਰੈਵਲ ਕਰ ਸਕਦੇ ਹੋ। ਅਤੇ ਸ਼ੈਨਗਨ ਵੀਜ਼ਾ ਲੈਣ ਦਾ ਇੱਕ ਬੈਨੀਫਿਟ ਇਹ ਹੁੰਦਾ ਹੈ ਕਿ ਸ਼ੈਨਗਨ ਦੇ ਨਾਲ ਤੁਹਾਡੀ ਟਰੈਵਲ ਹਿਸਟਰੀ ਬਹੁਤ ਚੰਗੀ ਹੋ ਜਾਂਦੀ ਹੈ। ਨਾਲ ਦੀ ਨਾਲ ਜੇ ਤੁਹਾਡਾ ਟਾਰਗੇਟ ਹੈ ਯੂਰਪ ਦੇ ਵਿੱਚ ਕਿਤੇ ਸੈਟਲ ਹੋਣ ਦਾ, ਉਹ ਵੀ ਤੁਸੀਂ ਆਪਣਾ ਪੂਰਾ ਕਰ ਸਕਦੇ ਹੋ, ਕਿਉਂਕਿ ਇੱਥੇ ਦਾ ਵੀਜ਼ਾ ਲੈ ਕੇ ਤੁਸੀਂ ਪੁਰਤਗਾਲ, ਸਪੇਨ, ਇਟਲੀ ਇਹਨਾਂ ਕੰਟਰੀਜ਼ ਜਾ ਸਕਦੇ ਹੋ ਜਿੱਥੇ ਤੁਹਾਨੂੰ ਈਜ਼ਲੀ ਪੇਪਰ ਮਿਲਦੇ, ਚਾਂਸ ਹੁੰਦੇ ਆ। ਮੀਨਸ ਤੁਹਾਡੇ ਕੋਲ ਪੀਆਰ ਲੈਣ ਦਾ ਚਾਂਸ ਹੁੰਦਾ। ਜੇ ਤੁਸੀਂ ਐਵੇਂ ਦਾ ਕੁਝ ਪਲਾਨ ਕਰਨਾ ਚਾਹੁੰਦੇ ਹੋ ਅਤੇ ਤੁਸੀਂ ਸ਼ੈਨਗਨ ਦੀ ਉਹ ਕੰਟਰੀ ਚੂਜ਼ ਕਰਨਾ ਚਾਹੁੰਦੇ ਜਿੱਥੇ ਵੀਜ਼ਾ ਥੋੜ੍ਹਾ ਈਜ਼ੀ ਮਿਲ ਜਾਏ ਅਤੇ ਤੁਹਾਡਾ ਵੀਜ਼ਾ ਨਿਕਲ ਜਾਏ ਅਤੇ ਜਲਦੀ ਵੀ ਆ ਜਾਏ, ਤਾਂ ਉਹਦੇ 'ਚ ਬੈਲਜੀਅਮ ਹੈਗੀ ਹੈ, ਕਿਉਂਕਿ ਬੈਲਜੀਅਮ ਦੇ ਵਿੱਚ ਵੀਜ਼ਾ ਰਿਜ਼ਲਟ ਜਿਹੜਾ ਵਧੀਆ ਹੁੰਦਾ। ਇੱਥੇ ਇੱਕ ਬੈਨੀਫਿਟ ਹੈ ਕਿ ਸ਼ੈਨਗਨ ਜ਼ੋਨ ਹੈ, ਯਾਨੀ ਇੱਥੇ ਵੀਜ਼ਾ ਲੈ ਕੇ ਤੁਸੀਂ ਅਦਰ ਸਟੇਟ ਦੇ ਵਿੱਚ ਜਾ ਸਕਦੇ ਹੋ। ਬੈਲਜੀਅਮ ਦਾ ਅੱਜ ਦੀ ਡੇਟ 'ਚ ਰਿਜ਼ਲਟ ਚੰਗਾ ਚੱਲ ਰਿਹਾ। ਅਸੀਂ ਇੱਕ ਰੀਸੈਂਟ ਦੇ ਵਿੱਚ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਅਸੀਂ ਵੀਜ਼ਾ ਵੀ ਤੁਹਾਨੂੰ ਸ਼ੋਅ ਕੀਤਾ ਸੀ ਜੋ ਬੈਲਜੀਅਮ ਤੋਂ ਆਇਆ ਸੀਗਾ। ਉਹ ਵੀਡੀਓ ਜਾ ਕੇ ਤੁਸੀਂ ਦੇਖ ਸਕਦੇ ਹੋ। ਸ਼ੈਨਗਨ ਦੀਆਂ ਜਿਹੜੀਆਂ ਨਵੀਆਂ ਟ੍ਰੈਂਡਿੰਗ ਕੰਟਰੀਜ਼ ਨੇ ਉਹਦੇ 'ਤੇ ਅਸੀਂ ਵੀਡੀਓ ਬਣਾਈ ਸੀਗੀ। ਅਤੇ ਬੈਲਜੀਅਮ ਦੀ ਜਿਹੜੀ ਰਿਕੁਆਇਰਮੈਂਟ ਹੈ ਸੇਮ ਉਹੀ ਹੈ ਜੋ ਸ਼ੈਨਗਨ ਦੀ ਹੁੰਦੀ ਹੈ, ਕੋਈ ਡਿਫਰੈਂਸ ਨਹੀਂ ਹੈ। ਕਿਉਂਕਿ ਸ਼ੈਨਗਨ ਕਿਸੇ ਵੀ ਕੰਟਰੀ ਤੁਸੀਂ ਫਾਈਲ ਲਾਉਂਦੇ ਹੋ ਤਾਂ ਇਹਨਾਂ ਦੀ ਰਿਕੁਆਇਰਮੈਂਟ ਸੇਮ ਹੀ ਰਹਿੰਦੀ ਹੈ, ਕਦੀ ਕੋਈ ਚੇਂਜ ਨਹੀਂ ਹੁੰਦੀ। ਐਵੇਂ ਨਹੀਂ ਹੈ ਕਿ ਅੱਜ ਕੁਝ ਹੋਰ ਹੈ ਅਤੇ ਕੱਲ੍ਹ ਨੂੰ ਕੁਝ ਹੋਰ ਹੋਣ ਵਾਲੀ ਹੈ। ਸ਼ੈਨਗਨ ਕੰਟਰੀਜ਼ ਦੇ ਵਿੱਚ ਜਿਹੜੀ ਰਿਕੁਆਇਰਮੈਂਟ ਹੁੰਦੀ ਹੈ ਉਹ ਸੇਮ ਹੁੰਦੀ ਹੈ। ਐਵੇਂ ਨਹੀਂ ਹੈ ਕਿ ਇੱਕ ਕੰਟਰੀ 'ਚ ਹੋਰ ਹੈ, ਦੂਜੀ 'ਚ ਹੋਰ ਹੈ, ਸੇਮ ਰਿਕੁਆਇਰਮੈਂਟ ਨੇ। ਥੋੜ੍ਹੀ ਬਹੁਤ ਚੇਂਜਸ ਹੋ ਸਕਦੀ ਹੈ, ਜਿਵੇਂ ਕਿ ਤੁਹਾਡੇ ਚਾਰਜਿਸ ਜਿਹੜੇ VFS ਦੇ ਨੇ ਉਹ ਚੇਂਜ ਹੋ ਸਕਦੇ ਆ, ਲੇਕਿਨ ਅੰਬੈਸੀ ਫੀਸ ਸੇਮ ਮਿਲੇਗੀ। ਇਸ ਤੋਂ ਬਾਅਦ ਜਿਹੜੇ ਸ਼ੈਨਗਨ ਦੇ ਰੂਲਸ ਨੇ ਉਹਦੇ ਅਕੋਰਡਿੰਗ ਜਿਹੜੀ ਉਹਦੀ ਮਿਨੀਮਮ ਰਿਕੁਆਇਰਮੈਂਟ ਆ ਉਹ ਸੇਮ ਹੋਏਗੀ। ਫੋਰ ਐਗਜ਼ਾਮਪਲ, ਤੁਸੀਂ ਜਿਵੇਂ ਵੀਜ਼ਾ ਅਪਲਾਈ ਕਰ ਰਹੇ ਹੋ ਤਾਂ ਤੁਹਾਨੂੰ ਇੱਕ ਟਰੈਵਲ ਇੰਸ਼ੋਰੈਂਸ ਲਾਉਣਾ ਜ਼ਰੂਰੀ ਹੈ, ਨਾਲ ਦੀ ਨਾਲ ਤੁਹਾਡੇ ਕੋਲ ਟਰੈਵਲ ਪਲਾਨ ਹੋਣਾ ਜ਼ਰੂਰੀ ਹੈ, ਜਿਹਨੂੰ ਆਈਟਨਰੀ ਵੀ ਬੋਲਦੇ ਆ। ਹੋਟਲ ਬੁਕਿੰਗ ਨਾਲ ਸਬਮਿਟ ਕਰਨੀ ਜ਼ਰੂਰੀ ਹੁੰਦੀ ਹੈ। ਏਅਰ ਟਿਕਟ ਦੀ ਜਿਹੜੀ ਕਾਪੀ ਆ ਉਹ ਸਬਮਿਟ ਕਰਨੀ ਜ਼ਰੂਰੀ ਹੁੰਦੀ ਹੈ, ਅਤੇ ਨਾਲ ਇੱਕ ਕਵਰ ਲੈਟਰ ਜ਼ਰੂਰ ਹੋਣਾ ਚਾਹੀਦਾ ਜਿਹਦੇ 'ਚ ਤੁਸੀਂ ਮੈਨਸ਼ਨ ਕਰੋ ਆਪਣਾ ਟਰੈਵਲ ਰੀਜ਼ਨ। ਇਹ 4-5 ਜਿਹੜੇ ਡਾਕੂਮੈਂਟ ਨੇ ਬਿਲਕੁਲ ਮੈਂਡੇਟਰੀ ਨੇ, ਜਿਹੜੇ ਤੁਹਾਨੂੰ ਹਰੇਕ ਸ਼ੈਨਗਨ ਕੰਟਰੀਜ਼ ਦੇਣੇ ਪੈਣੇ ਆ। ਇਹਦੇ 'ਤੇ ਅਸੀਂ ਆਲਰੇਡੀ ਕਾਫੀ ਵੀਡੀਓਜ਼ ਬਣਾਈਆਂ ਹੋਈਆਂ ਨੇ ਕਿ ਤੁਸੀਂ ਕਿਵੇਂ ਇਹਨਾਂ ਡਾਕੂਮੈਂਟਸ ਨੂੰ ਸਹੀ ਤਰੀਕੇ ਨਾਲ ਔਰਗਨਾਈਜ਼ ਕਰਕੇ ਆਪਣੀ ਐਪਲੀਕੇਸ਼ਨ ਜਿਹੜੀ ਹੈ ਸਬਮਿਟ ਕਰ ਸਕਦੇ ਹੋ, ਜਿਹਦੇ ਨਾਲ ਤੁਹਾਡੇ ਵੀਜ਼ਾ ਦੇ ਚਾਂਸ ਜਿਹੜੇ ਆ ਵਧੀਆ ਹੋਣ। ਅਤੇ ਉਹਨਾਂ ਚੀਜ਼ਾਂ ਨੂੰ ਫੋਲੋ ਕਰਦੇ ਹੋਏ, ਸ਼ੈਨਗਨ ਦੇ ਰੂਲ ਫੋਲੋ ਕਰਦੇ ਹੋਏ ਜੇ ਤੁਸੀਂ ਐਪਲੀਕੇਸ਼ਨ ਲਾਉਂਦੇ ਹੋ, ਦੈਨ ਤੁਹਾਨੂੰ ਰਿਜ਼ਲਟ ਜਿਹੜੇ ਆ ਜ਼ਿਆਦਾ ਵਧੀਆ ਦੇਖਣ ਨੂੰ ਮਿਲਣਗੇ। ਇੱਥੇ ਹੁਣ ਇੱਕ ਗੱਲ ਹੋਰ ਯਾਦ ਰੱਖਿਓ ਕਿ ਬੈਲਜੀਅਮ ਜਿਹੜੀ ਆ ਉਹ ਇੱਕ ਸੈਂਟਰਲ ਦੇ ਵਿੱਚ ਕੰਟਰੀ ਆਉਂਦੀ ਹੈ। ਮੀਨਸ ਇਹਦੇ ਚਾਰ ਚੁਫੇਰੇ ਕਾਫੀ ਬਾਰਡਰ ਲੱਗਦੇ ਆ। ਫੋਰ ਐਗਜ਼ਾਮਪਲ, ਬੈਲਜੀਅਮ ਦੇ ਨਾਲ ਨੀਦਰਲੈਂਡ ਦਾ ਬਾਰਡਰ ਵੀ ਲੱਗਦਾ, ਨੇੜੇ ਇੱਥੋਂ ਜਰਮਨੀ ਵੀ ਹੈਗਾ, ਅਤੇ ਉਸ ਤੋਂ ਬਾਅਦ ਇੱਥੋਂ ਜਿਹੜਾ ਨੇੜੇ ਆ ਉਹ ਫਰਾਂਸ ਵੀ ਹੈ, ਅਤੇ ਇਸ ਤੋਂ ਇਲਾਵਾ ਇਹਦੇ ਨਾਲ ਲਗਜ਼ਮਬਰਗ ਵੀ ਪੈਂਦਾ। 5 ਕੰਟਰੀਆਂ ਆਲਮੋਸਟ ਨਾਲ ਨਾਲ ਪੈ ਰਹੀਆਂ ਨੇ। ਅਤੇ ਥੋੜ੍ਹੀ ਦੂਰ ਦੀ ਗੱਲ ਕਰੀਏ ਤਾਂ ਆਸਟਰੀਆ ਵੀ ਦੇ ਕੋਲ ਹੀ ਹੈ। ਯਾਨੀ ਜਦੋਂ ਤੁਸੀਂ ਬੈਲਜੀਅਮ ਵੀਜ਼ਾ ਅਪਲਾਈ ਕਰਨਾ ਹੈ ਤਾਂ ਬੈਲਜੀਅਮ ਦੇ ਵਿੱਚ ਸਿਰਫ ਬੈਲਜੀਅਮ ਕੰਟਰੀ ਹੀ ਨਾ ਆਪਣਾ ਟਰੈਵਲ ਪਲਾਨ ਦੇ ਵਿੱਚ ਵੀ ਦਿਖਾਓ, ਇਹਦੇ ਨਾਲ ਬਾਕੀ ਜਿਹੜੀਆਂ ਨੇਬਰ ਕੰਟਰੀਜ਼ ਨੇ ਉਹਨਾਂ ਦੀ ਆਈਟਨਰੀ ਜ਼ਰੂਰ ਐਡ ਕਰੋ। ਕਿਉਂਕਿ ਤੁਸੀਂ ਬੈਲਜੀਅਮ ਜਾ ਰਹੇ ਹੋ, ਬੈਲਜੀਅਮ ਇੱਕ ਛੋਟੀ ਕੰਟਰੀ ਹੈ, ਬਹੁਤ ਵੱਡੀ ਨਹੀਂ ਹੈ। ਅਤੇ ਜੇ ਇੱਥੇ ਤੁਸੀਂ ਜਾ ਰਹੇ ਹੋ, ਤੁਹਾਡਾ ਵੀਜ਼ਾ ਰਿਜ਼ਲਟ ਆਉਂਦਾ, ਦੈਨ ਉਸ ਤੋਂ ਬਾਅਦ ਤੁਸੀਂ ਸਿਰਫ ਇੱਕੋ ਕੰਟਰੀ ਘੁੰਮ ਕੇ ਆਓਗੇ, ਜ਼ਰੂਰੀ ਨਹੀਂ ਹੁੰਦਾ। ਇਸ ਕਰਕੇ ਵੀਜ਼ਾ ਅਫਸਰ ਨੂੰ ਪਹਿਲਾਂ ਹੀ ਦਿਖਾਓ ਕਿ ਅਸੀਂ 3-4 ਕੰਟਰੀਜ਼ ਘੁੰਮ ਕੇ ਆਵਾਂਗੇ। ਜਦੋਂ ਤੁਸੀਂ ਅਪਲਾਈ ਕਰਨਾ, ਬੈਲਜੀਅਮ ਦੇ ਨਾਲ ਲਗਜ਼ਮਬਰਗ ਨੂੰ ਐਡ ਕਰ ਦਿਉ, ਨਾਲ ਤੁਸੀਂ ਨੀਦਰਲੈਂਡ ਐਡ ਕਰ ਦਿਉ, ਨਾਲ ਤੁਸੀਂ ਫਰਾਂਸ ਦਾ ਪੈਰਿਸ ਵੀ ਐਡ ਕਰ ਸਕਦੇ ਹੋ। ਇਹ ਉਹ ਕੰਟਰੀਜ਼ ਨੇ ਜਿਹੜੀਆਂ ਨੇੜੇ ਪੈਂਦੀਆਂ, ਜਿੱਥੋਂ ਟਰੈਵਲ ਕਰਨਾ ਬਹੁਤ ਈਜ਼ੀ ਹੁੰਦਾ। ਜਿਵੇਂ ਬੈਲਜੀਅਮ ਦੇ ਵਿੱਚ ਬ੍ਰਸਲ ਹੈ, ਬ੍ਰਸਲ ਤੋਂ ਤੁਸੀਂ ਲਗਜ਼ਮਬਰਗ ਜਾ ਰਹੇ ਹੋ ਅਤੇ ਉੱਥੇ ਜਾਣ ਲਈ ਸਿਰਫ ਤੁਹਾਨੂੰ 2-2.5 ਘੰਟੇ ਲੱਗਦੇ ਆ, ਅਤੇ ਐਮਸਟਰਡਮ ਜਾਣ ਲਈ ਵੀ ਤੁਹਾਨੂੰ 2-2.5 ਘੰਟੇ ਲੱਗਦੇ ਆ। ਮੀਨਸ ਤੁਸੀਂ ਜਾ ਰਹੇ ਹੋ, 2-2.5 ਘੰਟੇ ਦੇ ਵਿੱਚ ਤੁਸੀਂ ਉੱਥੇ ਪਹੁੰਚ ਰਹੋ, ਇੱਕ ਅਦਰ ਕੰਟਰੀ ਦੇ ਵਿੱਚ ਤੁਸੀਂ ਉਹ ਕਿਉਂ ਨਹੀਂ ਘੁੰਮ ਕੇ ਆਓਗੇ? ਲਗਜ਼ਮਬਰਗ ਕਿਉਂ ਨਹੀਂ ਦੇਖੋਗੇ ਤੁਸੀਂ? ਨਾਲ ਐਮਸਟਰਡਮ ਕਿਉਂ ਨਹੀਂ ਦੇਖੋਗੇ ਤੁਸੀਂ? ਪੈਰਿਸ ਕਿਉਂ ਨਹੀਂ ਜਾਓਗੇ ਜਿੱਥੇ ਤੁਹਾਨੂੰ 5-6 ਘੰਟੇ ਲੱਗਣੇ ਆ? ਅਤੇ ਯਾਨੀ ਤੁਸੀਂ 3-4 ਇਹ ਕੰਟਰੀਜ਼ ਐਡ ਕਰਨ ਦੇ ਚਾਂਸ ਉੱਥੇ ਬਣ ਜਾਂਦੇ ਆ। ਬਟ ਸਾਰੀ ਕੰਟਰੀਆਂ ਐਡ ਕਰਨੀਆਂ ਵੀ ਜ਼ਰੂਰੀ ਨਹੀਂ ਹੈ। ਤੁਸੀਂ ਜੇ ਬੈਲਜੀਅਮ ਜਾ ਰਹੇ ਹੋ ਤਾਂ ਬ੍ਰਸਲ ਦੇ ਨਾਲ ਨਾਲ ਤੁਸੀਂ ਜਿਹੜੇ ਲਗਜ਼ਮਬਰਗ ਅਤੇ ਐਮਸਟਰਡਮ 2 ਸਿਟੀ ਐਡ ਕਰ ਦਿਉ। 2 ਕੰਟਰੀ ਐਡ ਹੋ ਗਈ, ਨੀਦਰਲੈਂਡ ਹੋ ਗਈ, ਲਗਜ਼ਮਬਰਗ ਹੋ ਗਈ, ਇਹਦੇ ਨਾਲ ਬੈਲਜੀਅਮ ਹੋ ਗਈ। ਯਾਨੀ 3 ਕੰਟਰੀ ਤੁਸੀਂ ਐਡ ਕਰ ਲਈਆਂ ਤੁਹਾਡੀ ਆਈਟਨਰੀ ਦੇ ਵਿੱਚ, ਇੱਕ ਟਰੈਵਲ ਪਲਾਨ ਬਿਲਕੁਲ ਸੋਲਿਡ ਬਣ ਜਾਂਦਾ। ਬਟ ਇਹਦੇ ਨਾਲ ਨਾਲ ਜੋ ਸ਼ੈਨਗਨ ਰੂਲ ਕਹਿੰਦਾ ਉਹਦੇ ਅਕੋਰਡਿੰਗ ਮੈਕਸੀਮਮ ਸਟੇ ਤੁਹਾਡਾ ਬੈਲਜੀਅਮ 'ਚ ਹੋਣਾ ਚਾਹੀਦਾ। ਬੈਲਜੀਅਮ ਮੈਕਸੀਮਮ ਸਟੇ ਹੋਏਗਾ ਤਾਂ ਹੀ ਤੁਹਾਡਾ ਬੈਲਜੀਅਮ ਕੌਂਸਲੇਟ 'ਚ ਵੀਜ਼ਾ ਅਪਲਾਈ ਹੋਏਗਾ ਅਤੇ ਤਾਂ ਹੀ ਉੱਥੋਂ ਵੀਜ਼ਾ ਆਏਗਾ। ਜੇ ਸਾਰੀ ਚੀਜ਼ ਹੋ ਜਾਂਦੀ ਹੈ ਦੈਨ ਤੁਹਾਡੇ ਵੀਜ਼ਾ ਦੇ ਚਾਂਸ ਜਿਹੜੇ ਹਾਈ ਹੁੰਦੇ ਆ, ਤੁਹਾਨੂੰ ਵੀਜ਼ਾ ਈਜ਼ਲੀ ਮਿਲ ਜਾਂਦਾ। ਇਸ ਤਰੀਕੇ ਨਾਲ ਆਪਣੀ ਐਪਲੀਕੇਸ਼ਨ ਨੂੰ ਰੈਡੀ ਕਰੋ, ਇਹਨਾਂ ਚੀਜ਼ਾਂ ਨੂੰ ਧਿਆਨ ਦੇ ਕੇ ਕਰੋ, ਤੁਹਾਨੂੰ ਵੀਜ਼ਾ ਮਿਲਦੇ ਚਾਂਸ ਜ਼ਿਆਦਾ।
ਐਪਲੀਕੇਸ਼ਨ ਬਹੁਤ ਘੱਟ ਜਾ ਰਹੀਆਂ ਬੈਲਜੀਅਮ ਦੇ ਵਿੱਚ, ਇਸ ਕਰਕੇ ਵੀਜ਼ਾ ਰਿਜ਼ਲਟ ਵੀ ਵਿਦਇਨ 3-4 ਡੇਜ਼ 'ਚ ਆਉਣ ਦੇ ਚਾਂਸ ਹੈਗੇ ਨੇ। ਫਿਲਹਾਲ ਅਜੇ ਜਲਦੀ ਆ ਰਹੇ ਨੇ, ਜੇ ਐਪਲੀਕੇਸ਼ਨ ਵੱਧ ਜਾਂਦੀਆਂ ਨੇ ਦੈਨ ਹੋ ਸਕਦਾ ਲੇਟ ਹੋਣ, ਅਤੇ ਇਸ ਕਰਕੇ ਜੇ ਤੁਸੀਂ ਬੈਲਜੀਅਮ ਦਾ ਵੀਜ਼ਾ ਅਪਲਾਈ ਕਰਨਾ ਹੋਵੇ ਤਾਂ ਇਸ ਟਾਈਮ ਤੁਹਾਡੇ ਕੋਲ ਇੱਕ ਬੈਸਟ ਅਪੋਰਚੁਨਿਟੀ ਹੈਗੀ ਹੈ। ਅਤੇ ਜੇ ਤੁਸੀਂ ਪਹਿਲਾਂ ਕਿਸੇ ਵੀ ਕੰਟਰੀ ਤੋਂ ਵੀਜ਼ਾ ਰਿਫਿਊਜ਼ ਹੈ ਤੁਹਾਡਾ ਸ਼ੈਨਗਨ ਦੀ, ਤੁਹਾਡੇ ਕੋਲ ਰੀਅਪਲਾਈ ਕਰਨ ਦਾ ਵੀ ਇੱਕ ਮੌਕਾ ਹੈਗਾ, ਤੁਸੀਂ ਬੈਲਜੀਅਮ ਚੂਜ਼ ਕਰ ਸਕਦੇ ਹੋ। ਅਤੇ ਬੈਲਜੀਅਮ ਦੀ ਅਪਾਇੰਟਮੈਂਟਸ ਲੈਣ ਲਈ, ਐਪਲੀਕੇਸ਼ਨ ਪ੍ਰੋਸੈਸ ਕਰਨ ਲਈ ਤੁਸੀਂ ਸਾਡੀ ਟੀਮ ਨਾਲ ਕੋਂਟੈਕਟ ਕਰਕੇ ਆਪਣਾ ਵੀਜ਼ਾ ਜੋ ਹੈ ਅਪਲਾਈ ਕਰਾ ਸਕਦੇ ਹੋ। ਤੁਹਾਨੂੰ ਵੀਜ਼ਾ ਜਿਹੜੀ ਅਪਰੂਵਲ ਦੇਖਣ ਨੂੰ ਇੱਥੇ ਕੰਟਰੀ 'ਚ ਮਿਲ ਸਕਦੀ ਹੈ, ਤੁਹਾਡੇ ਵੀਜ਼ਾ ਦੇ ਚਾਂਸ ਹਾਈ ਹੋ ਸਕਦੇ ਆ। ਉਮੀਦ ਕਰਦੇ ਇਨਫੋਰਮੇਸ਼ਨ ਤੁਹਾਡੇ ਕਾਫੀ ਕੰਮ ਦੀ ਹੋਏਗੀ, ਤੁਹਾਡੀ ਹੈਲਪ ਕਰੇਗੀ ਵੀਜ਼ਾ ਲੈਣ 'ਚ। ਅਤੇ ਮਿਲਦੇ ਹਾਂ ਫਿਰ ਇੱਕ ਨਵੀਂ ਵੀਡੀਓ 'ਚ ਨਵੀਂ ਇਨਫੋਰਮੇਸ਼ਨ ਦੇ ਨਾਲ। ਸਤਿ ਸ਼੍ਰੀ ਅਕਾਲ।